असी अज तुहानू जिस जगह ते लैके आए हैं उसका नाम है सीरत ढींगरा मेकओवर सलून और ये बहुत शानदार ब्यूटी अकैडमी है और इत्थे तुसी जो तो स्टडी करोगे तो इतों जो आकर तुसी ट्रीटमेंट लोगे उस तो बाद तुहानू किते होर जाण दी नहीं पवेगी लोड़ दोस्त कि सानू यह होंगे कि बच्चा अपने फ्यूचर में जाके अपना प्रॉपर काम कर सके असी प्रॉपर बच्चे नू काम सिखावांगे प्रॉपर बच्चे नू सैटिस्फाई करांगे ताकि बच्चा अगे जाके कोई वर्क भुले ना प्रॉपर वर्क करे अपना जिवें थ्री इडियट्स फिल्म दा डायलॉग है ना कि ऑपरेशन करन वेले हत्थ कंबना नहीं चाहिए हाँ जी किस दा मेकअप करन लगे किस दा हेयर दा ट्रीटमेंट करन लगे हत्थ कंबना नहीं चाहिए हाँ जी सर ਕੋਰਸਿਸ ਦੀ ਗੱਲ ਕਰੀਏ ਇੱਥੇ ਕਿਹੜੇ ਕਿਹੜੇ ਕੋਰਸਿਸ ਅਵੇਲੇਬਲ ਨੇ ਐਜ਼ ਆਫ ਨਾਓ ਮੇਰੇ ਕੋਲ ਹੇਅਰ ਬਿਊਟੀ ਸਕਿਨ ਨੇਲ ਐਕਸਟੈਂਸ਼ਨ ਪਰਮਨੈਂਟ ਆਈਲੈਸ਼ਸ ਐਕਸਟੈਂਸ਼ਨ ਆਲਸੋ ਅਵੇਲੇਬਲ ਪਰਮਨੈਂਟ ਆਈ ਜਿਹੜੇ ਲੈਸ਼ਸ ਆਈਲੈਸ਼ਸ ਐਕਸਟੈਂਸ਼ਨਸ ਅੱਛਾ ਉਹ ਵੀ ਲਗਾ ਦਿੰਦੇ ਯੈਸ ਤੇ ਨਾ ਕੋਰਸ ਦੀ ਫੀਸ ਦੀ ਗੱਲ ਕਰੀਏ मैं हेयर स्किन ब्यूटी का कोर्स ਨਿਕਾਲਿਆ 10,000 ਦੇ ਵਿੱਚ ਤਾਂ ਕਿ ਜੋ ਬੱਚਾ ਨਹੀਂ ਵੀ ਅਫੋਰਡ ਕਰ ਪਾਉਂਦਾ ਉਹ ਵੀ ਇਹ ਕੋਰਸ ਕਰ ਪਾਏ ਅਸੀਂ 10,000 ਦੇ ਵਿੱਚ ਪ੍ਰੋਪਰ ਆਪਣਾ ਮਟੀਰੀਅਲ ਦਵਾਂਗੇ ਆਪਣਾ ਹੀ ਮਤਲਬ ਕਿ ਪ੍ਰੋਪਰ ਪ੍ਰੈਕਟਿਸ ਦਵਾਂਗੇ ਦੈਨ ਪ੍ਰੈਕਟੀਕਲ ਵਿਦ ਥਿਊਰੀ ਵੀ ਨਾਲ ਦਵਾਂਗੇ ਇਹ ਸਵਾਲ ਮੈਂ ਲੈਣਾ ਸੀ ਕਿ ਜ਼ਿਆਦਾ ਥਰੈਟੀਕਲ ਵਰਕ ਕਰਾਉਂਦੇ ਹੋ ਕਿ ਪ੍ਰੈਕਟੀਕਲ ਕਰਾਉਂਦੇ ਹੋ ਜ਼ਿਆਦਾ ਪ੍ਰੈਕਟੀਕਲ ਸਰ ਕਿਉਂਕਿ ਸਟੂਡੈਂਟ ਨੇ ਅੱਗੇ ਜਾ ਕੇ ਪ੍ਰੈਕਟੀਕਲ ਹੀ ਜ਼ਿਆਦਾ ਕਰਨਾ ਕੋਈ ਕੁਐਰੀ ਹੁੰਦੀ ਆ ਕੋਈ ਚੀਜ਼ ਸਮਝ ਨਹੀਂ ਆਉਂਦੀ ਅਸੀਂ ਆਪਣੇ ਟੀਚਰ ਤੋਂ ਜਾਂ ਕਰੂ ਤੋਂ ਪੁੱਛੀਦਾ ਹੈ ਉਹ ਗੁੱਸਾ ਕਰ ਜਾਂਦੇ ਤੁਸੀਂ ਗੁੱਸਾ ਤਾਂ ਨਹੀਂ ਕਰਦੇ ਨਾ ਸਰ ਐਦਾਂ ਦਾ ਦੱਬ ਕੇ ਤਾਂ ਨਹੀਂ ਮਾਰੋਗੇ ਨਾ ਨਾ ਹੁਣ ਤਾਂ ਤੁਸੀਂ ਹੱਸ ਰਹੇ ਫਿਰ ਇਹ ਤਾਂ ਨਹੀਂ ਕਿਉਂਕਿ ਤੈਨੂੰ ਸਮਝ ਹੀ ਨਹੀਂ ਆਉਂਦੀ ਕਿੰਨੀ ਵਾਰ ਸਮਾਈਲ ਪਰਮਨੈਂਟ ਹੀ ਹੈ ਅੱਛਾ ਤਾਂ ਮੰਨ ਲਓ ਬੱਚੇ ਤੋਂ ਇੱਕ ਵਾਰੀ ਗਲਤੀ ਹੋ ਗਈ ਦੂਜੀ ਵਾਰੀ ਹੋ ਗਈ ਤੀਜੀ ਵਾਰੀ ਡਾਂਟ ਤਾਂ ਨਹੀਂ ਦੋਗੇ ਨਹੀਂ ਸਰ ਜੇ ਆਪਾਂ ਸਿਖਾਵਾਂਗੇ ਬੱਚਾ ਇੱਕ ਵਾਰੀ ਨਹੀਂ ਚਾਹੀ 10 ਵਾਰੀ ਪੁੱਛੇ ਅਸੀਂ ਦੱਸਾਂਗੇ ਜੇ ਅਸੀਂ ਦੱਸਾਂਗੇ ਤਾਂ ਬੱਚਾ ਪ੍ਰੋਪਰ ਕੰਮ ਕਰੇਗਾ ਸਰਟੀਫਿਕੇਟ ਦੀ ਗੱਲ ਕਰ ਲਈ ਜਿਹੜੇ ਬੱਚੇ ਤੁਹਾਡੇ ਕੋਲ ਇੱਥੇ ਕੋਰਸ ਕਰਕੇ ਜਾਂਦੇ ਉਹਨਾਂ ਨੂੰ ਕਿਹੜਾ ਸਰਟੀਫਿਕੇਟ ਮਿਲਦਾ ਅਸੀਂ IAF ਸਰਟੀਫਿਕੇਟ ਦਵਾਂਗੇ ਪ੍ਰੋਪਰ ਇੰਟਰਨੈਸ਼ਨਲ ਹੋਏਗਾ ਤੇ ਉਹਦੀ ਮਾਨਤਾ ਹੋਵੇਗੀ ਇੰਟਰਨੈਸ਼ਨਲ ਯੈਸ ਸਰ ਕੋਈ ਬਾਅਦ ਚ ਪ੍ਰੋਬਲਮ ਤਾਂ ਨਹੀਂ ਨੋ ਸਰ ਇੱਥੇ ਬ੍ਰਾਈਡਲ ਕਿੰਨੇ ਰੁਪਏ ਵਿੱਚ ਹੋ ਜਾਂਦਾ ਮੇਕੋ ਬ੍ਰਾਈਡਲ 5,000 ਵਿੱਚ ਹੈ ਜੋ ਕਿ ਕਿਸੇ ਵੀ ਸਲੋਨ ਵਿੱਚ ਅਵੇਲੇਬਲ ਨਹੀਂ ਔਰ ਮੈਂ ਪ੍ਰੋਪਰ ਬ੍ਰਾਂਡਸ ਦੇ ਵਿੱਚ ਹੀ ਬ੍ਰਾਈਡਲ ਨੂੰ ਮੇਕਅਪ ਦੇਵਾਂਗੇ ਮਾਰਕੀਟ ਵਿੱਚ ਕੀ ਪ੍ਰਾਈਸ ਚੱਲ ਰਿਹਾ ਮਾਰਕੀਟ ਵਿੱਚ 10,000 ਤੋਂ ਸਟਾਰਟਿੰਗ ਹੈ ਅਸੀਂ 5,000 ਵਿੱਚ ਬ੍ਰਾਈਡਲ ਮੇਕਅਪ ਵੀ ਦਵਾਂਗੇ ਪਰ ਕੁਆਲਿਟੀ ਦੇ ਵਿੱਚ ਕੰਪਰੋਮਾਈਜ਼ ਨਹੀਂ ਹੋਏਗਾ ਬੈਸਟ ਮਿਲੇਗੀ ਬਿਲਕੁਲ ਕੁਆਲਿਟੀ ਪ੍ਰੋਪਰ ਕੁਆਲਿਟੀ ਪ੍ਰੋਪਰ ਬ੍ਰਾਂਡਸ ਵਿੱਚ ਕਰਾਂਗੇ ਤੁਹਾਡਾ ਐਕਸਪੀਰੀਅੰਸ ਕਿਹੋ ਜਿਹਾ ਰਿਹਾ ਪੂਰੇ ਇੱਕ ਮਹੀਨੇ ਦਾ ਬਹੁਤ ਵਧੀਆ ਰਿਹਾ ਮੈਂ ਇੱਥੋਂ ਬਹੁਤ ਸੈਟੀਸਫਾਈਡ ਹੈ ਤਾਂ ਇੱਥੇ ਦੇ ਪ੍ਰਾਈਸਸ ਬਹੁਤ ਜੈਨੂਇਨ ਹੈ ਤੇ ਮੈਂ ਇੱਥੇ ਦਾ ਜਿਹੜਾ ਸਰਟੀਫਿਕੇਟ ਹੈ ਇੰਟਰਨੈਸ਼ਨਲੀ ਵੈਲਿਡ ਹੈ ਤੇ ਮੈਂ ਅੱਗੇ ਜਾ ਕੇ ਕੁਝ ਕਰਨਾ ਹੋਵੇ ਤਾਂ ਫਿਰ ਮੇਰਾ ਉਹ ਹੈਲਪ ਮਿਲੇਗੀ ਤੁਹਾਨੂੰ ਤੇ ਬਾਕੀ ਸਟੂਡੈਂਟਸ ਜਿਹੜੇ ਹੁਣ ਇਸ ਸਮੇਂ ਦੇਖ ਰਹੇ ਆ ਜਿਹੜੀਆਂ ਤੁਹਾਡੇ ਵਰਗੀਆਂ ਸਾਡੀਆਂ ਨਿੱਕੀਆਂ ਛੋਟੀਆਂ ਭੈਣਾਂ ਜਾਂ ਵੱਡੀਆਂ ਭੈਣਾਂ ਦੇਖ ਰਹੀਆਂ ਉਹਨਾਂ ਨੂੰ ਰეკਮੈਂਡ ਕਰੋਗੇ ਤੁਸੀਂ ਹਾਂਜੀ ਬਿਲਕੁਲ ਕਰਾਂਗੇ ਆਉਣਾ ਚਾਹੀਦਾ ਇੱਥੇ ਹਾਂਜੀ ਤੁਸੀਂ ਪੂਰੇ ਸੈਟੀਸਫਾਈਡ ਹੋ ਹਾਂਜੀ ਚਲੋ ਠੀਕ ਹੈ ਅੱਜ ਕੱਲ੍ਹ ਬਿਊਟੀ ਕੋਰਸਿਸ ਨੇ ਆਪਣੀ ਅਲੱਗ ਪਹਿਚਾਣ ਬਣਾ ਲਈ ਹੈ ਅਲੱਗ ਥਾਂ ਬਣਾ ਲਈ ਹੈ ਸਮੇਂ ਦੀ ਹੈ ਇਹ ਵੀ ਇੱਕ ਲੋੜ ਦੋਸਤੋ ਅਸੀਂ ਚਾਹੁੰਦੇ ਹਾਂ ਸਾਡੀਆਂ ਨਿੱਕੀਆਂ ਵੱਡੀਆਂ ਭੈਣਾਂ ਜ਼ਿੰਦਗੀ ਵਿੱਚ ਮਿਹਨਤ ਕਰਕੇ ਨਾਮ ਕਮਾਉਣ ਪੈਸਾ ਕਮਾਉਣ ਚੰਗਾ ਹੈ ਇਹ ਵੀ ਜਮ੍ਹਾਂ ਜੋੜ ਦੋਸਤੋ ਪਰ ਅਸੀਂ ਅੱਜ ਤੁਹਾਨੂੰ ਜਿਸ ਜਗ੍ਹਾ 'ਤੇ ਲੈ ਕੇ ਆਏ ਹਾਂ ਉਸਦਾ ਨਾਮ ਹੈ ਸੀਰਤ ਢੀਂਗਰਾ ਮੇਕਓਵਰ ਸਲੂਨ ਔਰ ਇਹ ਬਹੁਤ ਸ਼ਾਨਦਾਰ ਬਿਊਟੀ ਅਕੈਡਮੀ ਹੈ ਔਰ ਇੱਥੇ ਤੁਸੀਂ ਜਦੋਂ ਸਟੱਡੀ ਕਰੋਗੇ ਤੇ ਇੱਥੋਂ ਜਦੋਂ ਆ ਕੇ ਤੁਸੀਂ ਟ੍ਰੀਟਮੈਂਟ ਲਓਗੇ ਉਸ ਤੋਂ ਬਾਅਦ ਤੁਹਾਨੂੰ ਕਿਤੇ ਹੋਰ ਜਾਣ ਦੀ ਨਹੀਂ ਪਵੇਗੀ ਲੋੜ ਦੋਸਤੋ ਹੋਰ ਕਿਤੇ ਜਾਣ ਦੀ ਨਹੀਂ ਪਵੇਗੀ ਲੋੜ ਦੋਸਤੋ ਪੀਪਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਨੀ ਸੂਰੀ ਤੁਸੀਂ ਸ਼ੇਅਰ ਤੋਂ ਦਾ ਲਾ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਦੋਸਤੋ ਮੈਂ ਗੱਲ ਆਖੀ ਹੈ ਕਿ ਜਦੋਂ ਤੁਸੀਂ ਇੱਥੇ ਆ ਕੇ ਕੋਈ ਕੋਰਸ ਕਰਦੇ ਹੋ ਬਿਊਟੀ ਕੋਰਸ ਕਰਦੇ ਹੋ ਤੁਸੀਂ ਇੱਥੇ ਆ ਕੇ ਜੇ ਟ੍ਰੀਟਮੈਂਟ ਲੈਂਦੇ ਹੋ ਸਲੂਨ 'ਤੇ ਉਸ ਤੋਂ ਬਾਅਦ ਤੁਹਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਪਵੇਗੀ ਅੱਗੇ ਗਰਮੀ ਦੀਆਂ ਛੁੱਟੀਆਂ ਆ ਰਹੀਆਂ ਹਨ ਬਹੁਤ ਸਾਰੀਆਂ ਸਾਡੀਆਂ ਨਿੱਕੀਆਂ ਵੱਡੀਆਂ ਭੈਣਾਂ ਨੇ ਪਲੱਸ ਟੂ ਕਰ ਜਾਣੀਆਂ ਬਹੁਤੀਆਂ ਨੇ ਗ੍ਰੈਜੂਏਸ਼ਨ ਕਰ ਲਈ ਹੈ ਔਰ ਬਹੁਤੀਆਂ ਭੈਣਾਂ ਨੇ ਓਵਰਸੀਜ਼ ਵੀਜ਼ਾ ਲਈ ਅਪਲਾਈ ਕੀਤਾ ਜਿਨ੍ਹਾਂ ਦਾ ਸਪਟੰਬਰ ਇਨਟੇਕ ਆਉਣ ਵਾਲਾ ਹੈ ਪਰ ਮੂਹਰੇ 2-3 ਮਹੀਨੇ ਕੀ ਕਰਨ ਤਾਂ ਉਹਨਾਂ ਲਈ ਅਸੀਂ ਰਿਸਰਚ ਕਰਕੇ ਇੱਕ ਕੋਰਸ ਲੱਭ ਕੇ ਲੈ ਕੇ ਆਏ ਹਾਂ ਬਿਊਟੀ ਐਂਡ ਹੇਅਰ ਦਾ ਕੋਰਸ ਔਰ ਅਸੀਂ ਪਹੁੰਚੇ ਹਾਂ ਨਵਾਂ ਸ਼ਹਿਰ ਪੰਡੋਰਾ ਮੱਲੇ ਵਿਖੇ ਸੀਰਤ ਢੀਂਗਰਾ ਮੇਕਓਵਰ ਸਲੂਨ 'ਤੇ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਬਹੁਤ ਸਾਰੀਆਂ ਸਾਡੀਆਂ ਭੈਣਾਂ ਦੀ ਸ਼ਿਕਾਇਤ ਆ ਰਹੀ ਸੀਗੀ ਕਿ ਯਾਰ ਬਿਊਟੀ ਸਲੂਨ ਵਾਲੇ ਬਿਊਟੀ ਅਕੈਡਮੀ ਵਾਲੇ ਸਭ ਤੋਂ ਸਸਤਾ ਕਹਿ ਕੇ ਐਡਮਿਸ਼ਨ ਤਾਂ ਕਰ ਲੈਂਦੇ ਲੇਕਿਨ ਫੀਸ ਉਹ ਬਾਅਦ 'ਚ ਵਧੇਰੀ ਲੈਂਦੇ ਆ ਔਰ ਉਸ ਤੋਂ ਬਾਅਦ ਕੀ ਹੁੰਦਾ ਕਿ ਜਦੋਂ ਅਸੀਂ ਐਡਮਿਸ਼ਨ ਲੈ ਲੈਂਦੇ ਹਾਂ ਤਾਂ ਜਦੋਂ ਸਵਾਲ ਪੁੱਛਦੇ ਹਾਂ ਕੋਈ ਕਨਫਿਊਜ਼ਨ ਆਉਂਦੀ ਹੈ ਉਹਦਾ ਜਵਾਬ ਦੇਣ ਵੇਲੇ ਬੜੀ ਨੋਕ ਜੋਕ ਜਿਹੀ ਹੁੰਦੀ ਸਾਨੂੰ ਉਹ ਕਰੂ ਚਾਹੀਦਾ
सानू वो टीचर चाहिए जिहड़ा हंबल होवे, जिहड़ा डाउन टू अर्थ होवे, साडी क्वेरीज नू हासे नाल प्यार नाल सॉल्व करे। और प्राइस जिहड़ा कोर्स दा अफोर्डेबल होना चाहिए, पॉकेट फ्रेंडली होना चाहिए। तो जिहड़े इत्थों दे ऑनर आ वो दावा करते वादा करते कि जिहड़ा इन्हां दा कोर्स आ सिर्फ नवें शहर च नहीं, सिर्फ जिले च नहीं, बल्कि पूरे पंजाब विच सब तो सस्ता, सब तो पॉकेट फ्रेंडली है। और एक की बच्चों नूं फीचर दे रहा, केड़ी केड़ी फैसिलिटी दे रहा, आपां अंदर चल के अकैडमी च देखदे आं। आओ चलदे आं। अंदर ना माहौल बहुत स्पार्किंग है, बहुत अपीलिंग है, बहुत आई कैची है। जे मैं अपने स्टाइल च गल करां तां जिहड़ी मेहनत है उस जिंदगी नूं है चमकाउंदी जी, ते अंदर आके गुड गुड फीलिंग है आउंदी जी। तुसीं देख पा रहे हो कि इत्थे स्टूडेंट जिहड़े आ वो प्रैक्टिस कर रहे ने, मेकअप की प्रैक्टिस कर रहे ने, और दूजे पासे हेयर की प्रैक्टिस चल रही है। ते नाल दी नाल तुहानूं स्क्रीन ते समीक्षा जी भी नज़र आ रही जिहड़े इत्थों दे एसएमए फैकल्टी मैंबर ने। पहला इत्थों ही उन्होंने कोर्स किया होया और ट्रेनिंग लैन तो बाद हुण तुसीं देख रहे हो कि जिहड़े स्टूडेंट्स नवें इत्थे सिख रहे आ उन्हां दी ट्रेनिंग चल रही है। बच्चों नाल गलबात करिए, समीक्षा जी नाल गलबात करिए, उस तो पहले जिहड़े इत्थों दे ऑनर आ सीरत जी, आप उन्होंने गलबात करते हैं। तो तुहानूं मेरे नाल फ्रेम विच नज़र आ रहे हैं सीरत जी, जिहड़े इत्थों दे ऑनर ने। और सीरत जी की खास गल यही है कि इन्होंने जिहड़ा कोर्स खुद लखा रुपया खर्च के किया, चाहते हैं कि बहुत ही जैनुअन जे प्राइस से, बहुत पॉकेट फ्रेंडली प्राइस से बच्चों ने कोर्स करा, अफोर्डेबल प्राइस से कोर्स कराउन। तो सब तो पहला तो मैम की शलाघा करते हैं, मैं उन्होंने एप्रीशिएट करता कि बहुत जैनुअन जे प्राइस से कोर्स लेके आया। पहला मैम का स्वागत करते हैं, फिर लवेंगे सवाल। बहुत निघा स्वागत है। सत श्री अकाल, मोस्ट वेलकम जी। मैम, मैं जिनी की रिसर्च थोड़े बारे कर पाया, जिन्ना सर्वे कर पाया, यही पता लगे कि तुम बड़े हंबल हो, बड़े डाउन टू अर्थ हो। क्लाइंट आए चाहे स्टूडेंट आए, सबनों बहुत ही पोलाइटली समझाते हो, अच्छा ट्रीटमेंट देंगे हो। ए थोड़े समय ची कस्टमर नूं सैटिस्फाई करके जो तुसी अपनी इमेज बनाई है उहदे पिछे की राज है? उहदे पिछे इह राज है कि सानूं इह हुंदा है कि बच्चा अपने फ्यूचर विच जाके अपना प्रॉपर काम कर सके, असीं प्रॉपर बच्चे नूं काम सिखावांगे, प्रॉपर बच्चे नूं सैटिस्फाई करांगे ताकि बच्चा अगे जाके कोई वर्क भुले ना, प्रॉपर वर्क करे अपना। जिवें 3 इडियट्स फिल्म दा डायलॉग है ना कि ऑपरेशन करन वेले हत्थ कंबणा नहीं चाहिदा, हांजी सर, किस दा मेकअप करन लगे, किस दा हेयर दा ट्रीटमेंट करन लगे हत्थ कंबणा नहीं चाहिदा। हांजी सर, असीं प्रॉपर प्रिपेयर करके स्टूडेंट नूं अकैडमी दे विचों बाहर निकालदे आ। जे मैम, मैं तुहाडे ਤੁਹਾਡਾ ਜਿਹੜਾ ਇੱਕ ਕਰੀਅਰ ਰਿਹਾ ਹੈ ਉਹਦੀ ਗੱਲ ਕਰਾਂ, ਹਾਂਜੀ, ਤੁਸੀਂ ਸ਼ੁਰੂਆਤ ਕਦੋਂ ਕਰਦੇ ਹੋ, ਤੁਸੀਂ ਆਪ ਪਹਿਲਾ ਕੋਰਸ ਕਦੋਂ ਕਰਦੇ ਹੋ? ਮੈਂ ਸਰ ਪਹਿਲਾ ਕੋਰਸ ਕੀਤਾ ਸੀਗਾ 2010 ਵਿੱਚ, ਦੈਨ ਮੈਂ ਰੀਵਿਊ ਕੀਤਾ 2020 ਦੇ ਵਿੱਚ, ਨਿਊ ਸਾਰੇ ਇਨਟੇਕਸ, ਨਿਊ ਮਤਲਬ ਜੋ ਅੱਜ ਕੱਲ੍ਹ ਟ੍ਰੈਂਡ ਚੱਲ ਰਿਹਾ, ਕਿਉਂਕਿ ਜੇ ਤੁਹਾਡੀ ਫੀਲਡ ਦੀ ਗੱਲ ਕਰੀਏ ਇਹਦੇ ਵਿੱਚ ਬਹੁਤ ਥੋੜੇ ਥੋੜੇ ਸਮੇਂ ਦੇ ਬਾਅਦ ਅਪਡੇਟਸ ਆ ਰਹੀਆਂ। 2010 ਵਿੱਚ ਬਹੁਤ ਓਲਡ ਸੀਗਾ, ਦੈਨ 2020 ਦੇ ਵਿੱਚ ਪ੍ਰੋਪਰ ਨਿਊ ਸਾਰਾ ਟ੍ਰੈਂਡ ਆ ਗਿਆ ਉਹਦੇ ਵਿੱਚ, ਕਿਉਂਕਿ ਰੈਵੋਲੂਸ਼ਨਰੀ ਚੇਂਜਸ ਆਉਂਦੇ ਰਹਿੰਦੇ ਆ, ਡਰਾਸਟਿਕ ਚੇਂਜਸ ਆਉਂਦੇ ਰਹਿੰਦੇ ਆ, ਕਿ ਹੇਅਰ ਸਟਾਈਲ ਬਦਲਦੇ ਰਹਿੰਦੇ ਆ ਜਾਂ ਪੁਰਾਣੇ ਰਿਪੀਟ ਹੁੰਦੇ ਰਹਿੰਦੇ ਆ। ਬਹੁਤ ਕੁਝ ਚੇਂਜਸ ਆ ਜਾਂਦੇ ਸਰ। ਹਾਂਜੀ, ਤਾਂ ਮਤਲਬ ਬੱਚੇ ਦੀ ਜੋ ਡਿਮਾਂਡ ਹੁੰਦੀ ਆ ਤੁਸੀਂ ਉਹਨੂੰ ਫੁੱਲਫਿਲ ਕਰਦੇ ਹੋ? ਹਾਂਜੀ ਹਾਂਜੀ, ਪ੍ਰੋਪਰ ਕਰਦੇ ਆ। ਜੇ ਆਪਾਂ ਕੋਰਸਸ ਦੀ ਗੱਲ ਕਰੀਏ, ਇੱਥੇ ਕਿਹੜੇ ਕਿਹੜੇ ਕੋਰਸਸ ਅਵੇਲੇਬਲ ਨੇ ਐਜ਼ ਆਫ ਨਾਓ? ਮੇਰੇ ਕੋਲ ਹੇਅਰ, ਬਿਊਟੀ, ਸਕਿਨ, ਨੇਲ ਐਕਸਟੈਂਸ਼ਨ, ਪਰਮਾਨੈਂਟ ਆਈ ਲੈਸ਼ਿਜ਼ ਐਕਸਟੈਂਸ਼ਨ ਆਲਸੋ ਅਵੇਲੇਬਲ। ਪਰਮਾਨੈਂਟ ਆਈ ਜਿਹੜੇ ਲੈਸ਼ਿਜ਼, ਆਈ ਲੈਸ਼ਿਜ਼ ਐਕਸਟੈਂਸ਼ਨਸ। ਅੱਛਾ, ਉਹ ਵੀ ਲਗਾ ਦਿੰਦੇ ਹੋ? ਯੈਸ। ਤੇ ਮੈਮ, ਕੋਰਸ ਦੀ ਫੀਸ ਦੀ ਗੱਲ ਕਰੀਏ, मैं हेयर स्किन ब्यूटी का कोर्स निकालिया 10,000 दे विच, ताकि जो बच्चा नहीं भी अफोर्ड कर पांदा वो भी ये कोर्स कर पाए। मतलब बहुत सारिया बच्चिया जिन्हां नूं मजबूरी विच हुण घर वेले रहना पै रिहा, उहनां दे हत्थ विच कोई गुण आ जावे तां जो इत्थों निपुण हो के ओह थोड़ी बहुत अर्निंग कर सकण जी। असीं 10,000 दे विच प्रॉपर अपना मटीरियल दवांगे, अपना ही मतलब कि प्रॉपर प्रैक्टिस दवांगे, दैन प्रैक्टिकल विद थ्योरी भी नाल दवांगे। ਇਹ ਸਵਾਲ ਮੈਂ ਲੈਣਾ ਸੀ ਕਿ ਜ਼ਿਆਦਾ ਥਰੈਟੀਕਲ ਵਰਕ ਕਰਾਉਂਦੇ ਹੋ ਕਿ ਪ੍ਰੈਕਟੀਕਲ ਕਰਾਉਂਦੇ ਹੋ? ਜ਼ਿਆਦਾ ਪ੍ਰੈਕਟੀਕਲ ਸਰ, ਕਿਉਂਕਿ ਸਟੂਡੈਂਟ ਨੇ ਅੱਗੇ ਜਾ ਕੇ ਪ੍ਰੈਕਟੀਕਲ ਹੀ ਜ਼ਿਆਦਾ ਕਰਨਾ ਹੈ। ਥਿਊਰੀ ਅਸੀਂ ਨੌਲੇਜ ਪ੍ਰੋਪਰ ਦੇਵਾਂਗੇ ਕਿ ਬੱਚੇ ਨੂੰ ਸਾਰਾ ਪਤਾ ਹੋਏ ਕਿ ਕੀ ਚੱਲ ਰਿਹਾ, ਕੀ ਕਿਹੜਾ ਬ੍ਰਾਂਡ ਹੈ, ਕਿੱਦਾਂ ਆ, ਪ੍ਰੋਪਰ ਨੌਲੇਜ ਦੇਵਾਂਗੇ, ਪ੍ਰੋਡਕਟਸ ਦੀ ਪ੍ਰੋਪਰ ਨੌਲੇਜ ਦੇਵਾਂਗੇ। ਕਈ ਵੇਲੇ ਨਾ ਮੈਮ, ਜਿਹੜਾ ਕਸਟਮਰ ਹੁੰਦਾ ਜਦੋਂ ਆਪਾਂ ਕਿਤੇ ਸਲੂਨ ਤੇ ਵੀ ਜਾਂਦੇ ਹਾਂ, ਉਹ ਸ਼ਿਕਾਇਤ ਕਰਦਾ ਕਿ ਮੇਰੀ ਜਿਹੜਾ ਸਕਿਨ ਨੂੰ ਸੂਟ ਕਰਦਾ ਪ੍ਰੋਡਕਟ ਉਹ ਯੂਜ਼ ਨਹੀਂ ਕੀਤਾ, ਤਾਂ ਤੁਸੀਂ ਬੱਚੇ ਨੂੰ ਉਹ ਵੀ ਨੌਲੇਜ ਦਿੰਦੇ ਹੋ ਕਿ ਜਦੋਂ ਕਸਟਮਰ ਆਏਗਾ ਇਨ ਫਿਊਚਰ, ਉਹ ਜੋ ਕਿਤੇ ਵੀ ਚਾਹੇ ਜੋਬ ਕਰਨ ਜਾਂ ਆਪਣੀ ਆਪਣਾ ਸਲੂਨ ਖੋਲਣ, ਤਾਂ ਸਕਿਨ ਟੋਨ ਚੈੱਕ ਕਰਨੀ ਪੈਗੀ, ਉਸ ਤੋਂ ਬਾਅਦ ਪ੍ਰੋਡਕਟ ਰਿਕਮੈਂਡ ਕੀਤਾ? ਹਾਂਜੀ ਸਰ, ਉਹ ਵੀ ਤੁਸੀਂ ਨੌਲੇਜ ਦਿੰਦੇ ਹੋ ਬੱਚੇ? ਹਾਂਜੀ, ਪ੍ਰੋਪਰ ਨੌਲੇਜ ਦਵਾਂਗੇ, ਪ੍ਰੋਪਰ ਮਸਲਸ ਵਗੈਰਾ ਕੈਸੇ ਪੁੱਲ ਕਰਨੇ, ਕੈਸੇ ਪੁਸ਼ ਕਰਨੇ, ਸਭ ਨੌਲੇਜ ਦਵਾਂਗੇ। ਮਸਲਸ ਇਹ ਵੀ ਸਿਖਾਉਂਦੇ ਹੋ ਕਿ ਪੁੱਲ ਇਸ ਤਰੀਕੇ ਕਰਨਾ ਕਿ ਮਸਲ ਰਿਲੈਕਸ ਹੋ ਜਾਵੇ? ਹਾਂਜੀ ਹਾਂਜੀ, ਸਕਿਨ ਤੇ ਗਲੋ ਆਵੇ। ਹਾਂਜੀ ਹਾਂਜੀ। ਤੇ ਪ੍ਰੋਡਕਟਸ ਦੀ ਗੱਲ ਕਰੀਏ, ਹਾਲਾਂਕਿ ਮੈਨੂੰ ਬਹੁਤ ਸਾਰੇ ਨਜ਼ਰ ਆ ਰਹੇ ਆ, ਪਰ ਤੁਸੀਂ ਕਿਹੜੇ ਬ੍ਰਾਂਡ ਯੂਜ਼ ਕਰ ਰਹੇ ਜਾਂ ਕਿਹਨਾਂ ਨੂੰ ਜ਼ਿਆਦਾ ਰਿਕਮੈਂਡ ਕਰਦੇ ਹੋ? ਮੈਂ ਲੋਰੀਅਲ, ਮੈਟ੍ਰਿਕਸ ਵਗੈਰਾ ਨੂੰ ਜ਼ਿਆਦਾ ਰਿਕਮੈਂਡ ਕਰਦੀ ਹਾਂ, ਦੈਨ ਆਲ
ਆਲ ਪ੍ਰੋਡਕਟਸ ਆਲ ਬ੍ਰਾਂਡਸ ਅਵੇਲੇਬਲ ਅੱਛਾ ਸਾਰੇ ਬ੍ਰਾਂਡਸ ਇੱਥੇ ਅਵੇਲੇਬਲ ਹੈ ਹਾਂਜੀ ਤੇ ਮੈਮ ਤੁਹਾਡੇ ਤੋਂ ਬੱਚੇ ਉਹ ਵੀ ਆਉਂਦੇ ਆ ਜਿਨ੍ਹਾਂ ਨੇ ਓਵਰਸੀਜ਼ ਅਪਲਾਈ ਕੀਤਾ ਵੀਜ਼ਾ ਆਉਣ ਵਾਲਾ ਹੈ ਉਹਨਾਂ ਦੇ ਮਨ ਦੀ ਤਮੰਨਾ ਕਿ ਯਾਰ ਉੱਥੇ ਜਾ ਕੇ ਕੋਈ ਲੇਬਰ ਦਾ ਕੰਮ ਕਰੀਏ ਜਾਂ ਕਿਤੇ ਦਿਹਾੜੀਆਂ ਲਈਏ ਤਾਂ ਚੰਗਾ ਜੇ ਇੱਥੋਂ ਵੀ ਘੁੰਮ ਲੈ ਜੀ ਜਿਹੜੇ ਬੱਚੇ ਬਾਹਰ ਜਾਣਾ ਚਾਹੁੰਦੇ ਉਹ ਇਹ ਕੰਮ ਜ਼ਰੂਰ ਸਿੱਖਦੇ ਨੇ ਤਾਂ ਕਿ ਸਾਨੂੰ ਉੱਧਰ ਜਾ ਕੇ ਕੋਈ ਪੈਕਿੰਗ ਵਗੈਰਾ ਦਾ ਕੰਮ ਨਾ ਕਰਨਾ ਪਵੇ ਕੁਛ ਨਹੀਂ ਇਹ ਆਪਣਾ ਵਰਕ ਕਰ ਸਕਦੇ ਨੇ ਬੱਚੇ ਮੈਮ ਅੱਜ ਕੱਲ੍ਹ ਜਿਵੇਂ ਨਾ ਤੁਹਾਡਾ ਜਿਹੜਾ ਸਲੂਨ ਵਰਕ ਹੈ ਜਾਂ ਬਿਊਟੀ ਅਕੈਡਮੀ ਤੁਸੀਂ ਸਿਖਾ ਦਿੰਦੇ ਹੋ ਚਿਹਰਾ ਤਾਂ ਖੂਬਸੂਰਤ ਹੋ ਜਾਂਦਾ ਲੇਕਿਨ ਅੱਜ ਕੱਲ੍ਹ ਡਿਮਾਂਡ ਜਿਹੜੀ ਉਹ ਨੇਲ ਆਰਟ ਦੀ ਵੀ ਬਹੁਤ ਵੱਧ ਗਈ ਹੈ ਹਾਂਜੀ ਸਰ ਉਹ ਕੋਰਸ ਵੀ ਕਰਾਉਂਦੇ ਹੋ ਹਾਂਜੀ ਨੇਲ ਆਰਟ ਨੇਲ ਐਕਸਟੈਂਸ਼ਨ ਬੇਸਿਕ ਟੂ ਐਡਵਾਂਸ ਪ੍ਰੋਪਰ ਕਰਵਾਈਦੇ ਤੇ ਬੱਚਿਆਂ ਦੀ ਕੋਈ ਖਾਸ ਡਿਮਾਂਡ ਹੋਵੇ ਤੁਹਾਨੂੰ ਕੋਲ ਇੱਥੇ ਆ ਕੇ ਜੋ ਤੁਸੀਂ ਸ਼ੇਅਰ ਕਰਨਾ ਚਾਹੋ ਬੱਚਿਆਂ ਦੀ ਇਹੀ ਡਿਮਾਂਡ ਹੁੰਦੀ ਹੈ ਕਿ ਸਾਨੂੰ ਪ੍ਰੋਪਰ ਪ੍ਰੈਕਟਿਸ ਮਿਲੇ ਪ੍ਰੋਪਰ ਮਟੀਰੀਅਲ ਮਿਲੇ ਔਰ ਮਟੀਰੀਅਲ ਪ੍ਰੋਪਰ ਬ੍ਰਾਂਡਸ ਵਿੱਚ ਮਿਲੇ ਉਹ ਅਸੀਂ ਸਾਰਾ ਪ੍ਰੋਵਾਈਡ ਕਰਾਂਗੇ ਬੱਚਿਆਂ ਤੇ ਬੱਚਿਆਂ ਨੂੰ ਇਹ ਵੀ ਸਿਖਾਉਂਦੇ ਕਿ ਜਦੋਂ ਕੋਈ ਕਸਟਮਰ ਆਉਂਦਾ ਹੈ ਕਿੱਦਾਂ ਡੀਲਿੰਗ ਕਰਨਾ ਹੈ ਕਿੱਦਾਂ ਆਪਾਂ ਆਪਣੀ ਪਰਸਨੈਲਿਟੀ ਡਿਵੈਲਪ ਕਰਨੀ ਕਿੱਦਾਂ ਅਸੀਂ ਸਲੂਨ ਨੂੰ ਡਿਵੈਲਪ ਕਰਨਾ ਆ ਇਹ ਬੱਚਿਆਂ ਨੂੰ ਪ੍ਰੋਪਰ ਸਿਖਾਇਆ ਜਾਏਗਾ ਇਹ ਸਵਾਲ ਮੈਂ ਤਾਂ ਪੁੱਛਿਆ ਕਿਉਂਕਿ ਨਾ ਕਈ ਵਾਰ ਜਦੋਂ ਅਸੀਂ ਵੀ ਵੀਡੀਓ ਬਣਾ ਦਿੰਦੇ ਹਾਂ ਜਾਂ ਸਾਨੂੰ ਕੋਈ ਸਾਡੇ ਜਾਣਕਾਰ ਛੋਟੀਆਂ ਨਿੱਕੀਆਂ ਵੱਡੀਆਂ ਭੈਣਾਂ ਮਿਲਦੀਆਂ ਉਹ ਕਹਿੰਦੇ ਅਸੀਂ ਕਈ ਵੇਲੇ ਬਿਊਟੀ ਅਕੈਡਮੀ 'ਚ ਐਡਮਿਸ਼ਨ ਲੈ ਲਈਦੀ ਆ ਪਰ ਜਦੋਂ ਕੋਈ ਕੁਐਰੀ ਹੁੰਦੀ ਆ ਕੋਈ ਚੀਜ਼ ਸਮਝ ਨਹੀਂ ਆਉਂਦੀ ਅਸੀਂ ਆਪਣੇ ਟੀਚਰ ਤੋਂ ਜਾਂ ਕਰੂ ਤੋਂ ਪੁੱਛੀਦਾ ਹੈ ਉਹ ਗੁੱਸਾ ਕਰ ਜਾਂਦੇ ਆ ਤੁਸੀਂ ਗੁੱਸਾ ਤਾਂ ਨਹੀਂ ਕਰਦੇ ਨਾ ਸਰ ਇਦਾਂ ਦਾ ਦੱਬ ਕੇ ਤਾਂ ਨਹੀਂ ਮਾਰੋਗੇ ਨਾ ਨਾ ਹੁਣ ਤਾਂ ਤੁਸੀਂ ਹੱਸ ਰਹੇ ਫਿਰ ਇਹ ਤਾਂ ਨਹੀਂ ਕਿਉਂਕਿ ਤੈਨੂੰ ਸਮਝ ਹੀ ਨਹੀਂ ਆਉਂਦੀ ਕਿੰਨੀ ਵਾਰ ਸਮਝਾ ਮੇਰੀ ਸਮਾਈਲ ਪਰਮਨੈਂਟ ਹੀ ਹੈ ਅੱਛਾ ਤਾਂ ਮੰਨ ਲਓ ਬੱਚੇ ਤੋਂ ਇੱਕ ਵਾਰੀ ਗਲਤੀ ਹੋ ਗਈ ਦੂਜੀ ਵਾਰੀ ਹੋ ਗਈ ਤੀਜੀ ਵਾਰੀ ਡਾਂਟ ਤਾਂ ਨਹੀਂ ਦੋਗੇ ਨਹੀਂ ਸਰ ਜੇ ਆਪਾਂ ਸਿਖਾਵਾਂਗੇ ਬੱਚਾ ਇੱਕ ਵਾਰੀ ਨਹੀਂ ਚਾਹੇ 10 ਵਾਰੀ ਪੁੱਛੇ ਅਸੀਂ ਦੱਸਾਂਗੇ ਜੇ ਅਸੀਂ ਦੱਸਾਂਗੇ ਤਾਂ ਬੱਚਾ ਪ੍ਰੋਪਰ ਕੰਮ ਕਰੇਗਾ ਅਦਰਵਾਈਜ਼ ਉਹਦੀ ਰਿਕਵਰੀ ਨਹੀਂ ਹੋਏਗੀ ਜਿਹੜਾ ਇਹ ਕੋਰਸ ਹੈ ਹੇਅਰ ਸਕਿਨ ਬਿਊਟੀ ਦਾ ਤੁਸੀਂ ਕਰਾ ਰਹੇ ਹੋ ਇਹਦੀ ਡਿਊਰੇਸ਼ਨ ਕੀ ਹੈ ਜੀ 2 ਮੰਥਸ ਦੀ ਸਪੋਜ਼ ਕਿਸੇ ਬੱਚੇ ਨੂੰ 2 ਮਹੀਨੇ ਵਿੱਚ ਪੂਰਾ ਗੁਣ ਨਹੀਂ ਆਉਂਦਾ ਬੱਚੇ ਨੂੰ ਲੱਗਦਾ ਕੋਈ ਕਮੀ ਪੇਸ਼ੀ ਰਹਿੰਦੀ ਹੈ ਤਾਂ ਫਿਰ ਜੇ ਉਹਨੂੰ 2 ਮਹੀਨੇ ਤੋਂ ਬਾਅਦ ਕੋਈ ਸਮਾਂ ਲੱਗਦਾ ਉਹਦਾ ਕੋਈ ਐਕਸਟਰਾ ਚਾਰਜਸ ਤਾਂ ਨਹੀਂ ਲੈਂਦੇ ਸਰ ਇੱਦਾਂ ਅਸੀਂ ਸਿਲੇਬਸ ਇਸ ਤਰ੍ਹਾਂ ਰੈਡੀ ਕੀਤਾ ਹੋਇਆ ਕਿ ਬੱਚਾ 2 ਮੰਥ ਵਿੱਚ ਪ੍ਰਪੇਅਰ ਹੋ ਜਾਂਦਾ ਆ ਬਾਕੀ ਔਨ ਦੀ ਸਪੋਟ ਅੱਛਾ ਬੱਚੇ ਮਤਲਬ ਬੱਚੇ ਨੂੰ ਕੋਈ ਕਮੀ ਪੇਸ਼ੀ ਆਉਂਦੀ ਤਾਂ ਉੱਥੇ ਆ ਕੇ ਤੁਹਾਨੂੰ ਹਾਂਜੀ ਜ਼ਰੂਰ ਅਸੀਂ ਫਿਰ ਬੱਚੇ ਨੂੰ ਪ੍ਰੋਪਰ ਕਰਾਂਗੇ ਪ੍ਰਪੇਅਰ ਕਰਾਂਗੇ ਗਾਈਡ ਕਰਦੇ ਹੋ ਹਾਂਜੀ ਸਰ ਹਾਂਜੀ ਜਿਹੜਾ ਆਈਲੈਸ਼ਸ ਦਾ ਕੋਰਸ ਆ ਜਾਂ ਨੇਲ ਐਕਸਟੈਂਸ਼ਨ ਦਾ ਕੋਰਸ ਆ ਉਹਦੇ ਕੀ ਚਾਰਜ ਇਹ ਵੀ ਸਰ ਅਸੀਂ 10,000 ਦੇ ਵਿੱਚ ਹੀ ਨਿਕਾਲਿਆ ਹੋਇਆ ਆ ਹੇਅਰ ਸਕਿਨ ਬਿਊਟੀ ਦਾ ਅਲੱਗ ਤੋਂ ਹੈ ਨੇਲ ਐਕਸਟੈਂਸ਼ਨ ਵਿਦ ਆਈਲੈਸ਼ਸ ਐਕਸਟੈਂਸ਼ਨ ਇਹ ਵੀ ਅਸੀਂ 10,000 ਵਿੱਚ ਹੀ ਕਰ ਹੁਣ ਸਰਟੀਫਿਕੇਟ ਦੀ ਗੱਲ ਕਰ ਲਈ ਜਿਹੜੇ ਬੱਚੇ ਤੁਹਾਡੇ ਕੋਲ ਇੱਥੇ ਕੋਰਸ ਕਰਕੇ ਜਾਂਦੇ ਉਹਨਾਂ ਨੂੰ ਕਿਹੜਾ ਸਰਟੀਫਿਕੇਟ ਮਿਲਦਾ ਅਸੀਂ IAF ਸਰਟੀਫਿਕੇਟ ਦਵਾਂਗੇ ਪ੍ਰੋਪਰ ਇੰਟਰਨੈਸ਼ਨਲ ਹੋਏਗਾ ਤੇ ਉਹਦੀ ਮਾਨਤਾ ਹੋਏਗੀ ਇੰਟਰਨੈਸ਼ਨਲ ਯੈਸ ਸਰ ਕੋਈ ਬਾਅਦ ਚ ਪ੍ਰੋਬਲਮ ਤਾਂ ਨਹੀਂ ਨੋ ਸਰ ਨੋ ਤੇ ਹੁਣ ਸਪੋਜ਼ ਕੋਈ ਬੱਚੀਆਂ ਸਾਡੀਆਂ ਘਰ ਬੈਠੀਆਂ ਆ ਇੰਨਾ ਵੀ ਅਫੋਰਡ ਨਹੀਂ ਕਰ ਪਾਉਂਦੀਆਂ 10,000 ਵੀ ਅਫੋਰਡ ਨਹੀਂ ਕਰ ਪਾਉਂਦੀਆਂ ਮੈਂ ਇਹ ਨਹੀਂ ਕਹਿੰਦਾ ਕਿ ਸਾਰਿਆਂ ਨੂੰ ਕੋਈ ਤੁਹਾਨੂੰ ਲੱਗਦਾ ਵੈਰੀਫਾਈ ਕਰ ਲੈਂਦੇ ਹੋ ਕਿ ਜੈਨੂਇਨ ਕੇਸ ਹੈ ਉਹਨਾਂ ਨੂੰ ਥੋੜਾ ਬਹੁਤਾ ਹਾਂਜੀ ਸਰ ਜ਼ਰੂਰ ਅਸੀਂ ਹੈਲਪ ਕਰਾਂਗੇ ਠੀਕ ਹੈ ਮੈਮ ਜਿਹੜੇ ਇੱਥੇ ਤੁਹਾਡੇ ਸਟੂਡੈਂਟਸ ਹੈ ਜਿਹੜੇ ਹੁਣ ਇੱਥੇ ਕੰਮ ਕਰ ਵੀ ਰਹੇ ਆ ਸਿੱਖ ਵੀ ਰਹੇ ਆ ਟ੍ਰੇਨਿੰਗ ਲੈ ਰਹੇ ਆ ਇੱਕ ਵਾਰੀ ਸਾਨੂੰ ਇਹਨਾਂ ਦੇ ਰੂਬਰੂ ਕਰ ਦਿਓ ਹਾਂਜੀ ਸਰ ਜੀ ਬੱਚਿਆਂ ਵੱਲ ਰੋਕ ਕਰੀ ਉਸ ਤੋਂ ਪਹਿਲਾਂ ਇੱਕ ਤੁਹਾਨੂੰ ਬੜੀ ਹੀ ਇੰਪੋਰਟੈਂਟ ਗੱਲ ਦੱਸਣ ਵਾਲੇ ਮਹੱਤਵਪੂਰਨ ਗੱਲ ਦੱਸਣ ਵਾਲੇ ਕਿ ਬਿਲਕੁਲ ਇਹਨਾਂ ਦੇ ਅਕੈਡਮੀ ਦੇ ਨਾਲ ਇਹਨਾਂ ਦੇ ਹਸਬੈਂਡ ਦਾ ਸ਼ੋਰੂਮ ਵੀ ਹੈ ਜਿੱਥੋਂ ਲੇਡੀਜ਼ ਦੇ ਹਰ ਕਿਸਮ ਦੇ ਕੱਪੜੇ ਮਿਲਦੇ ਆ ਕਿਹੜੇ ਕਿਹੜੇ ਕੱਪੜੇ ਮਿਲਦੇ ਆ ਮੈਮ ਤੋਂ ਪੁੱਛ ਲੈਂਦੇ ਹਾਂ ਸਾਡੇ ਕੋਲ ਸਾਰੇ ਕੱਪੜੇ ਅਵੇਲੇਬਲ ਨੇ ਲੇਡੀਜ਼ ਟਰੈਕ ਸੂਟ ਜੀਨ ਟੌਪ ਵੈਸਟਰਨ ਆਲਸੋ ਵੈਸਟਰਨ ਡਰੈਸਿਸ ਅਵੇਲੇਬਲ ਨੇ ਔਰ ਜੇ ਪ੍ਰਾਈਜ਼ ਦੀ ਗੱਲ ਕਰੀਏ ਦੇਖੋ ਤੁਸੀਂ ਇਸ ਗੱਲ ਦਾ ਦਾਅਵਾ ਕਰਦੇ ਹੋ ਕਿ ਸਾਡੀ ਅਕੈਡਮੀ ਦੇ ਜਿਹੜੇ ਕੋਰਸਿਸ ਆ ਉਹ ਪੰਜਾਬ 'ਚ ਸਭ ਤੋਂ ਸਸਤੇ ਆ ਤੇ ਕੱਪੜੇ ਸ਼ਾਨਦਾਰ ਹੋਣਗੇ ਤੇ ਸਸਤੇ ਹੋਣਗੇ ਤਾਂ ਦਾਵਾ ਕਰਦੇ ਹੋ ਕੁਆਲਿਟੀ ਸਭ ਤੋਂ ਬੈਸਟ ਹੋਏਗੀ ਔਰ ਪ੍ਰਾਈਸ ਬਿਲਕੁਲ ਰੀਜ਼ਨੇਬਲ ਹੋਏਗੀ ਮਤਲਬ ਇੱਧਰ ਐਂਟਰ ਕਰੋ ਕੋਰਸ ਵੀ ਕਰ ਲਓ ਜੇ ਤੁਸੀਂ ਬ੍ਰਾਈਡਲ ਕਰਾਉਣਾ ਹੈ ਉਹ ਵੀ ਕਰਾਉਣਾ ਆ ਜਾਓ ਤੁਸੀਂ ਮੇਕਅਪ ਕਰਾਉਣਾ ਹੈ ਉਹ ਵੀ ਕਰਾ ਲਓ ਤੇ ਨਾਲ ਹੀ ਨਿਕਲ ਕੇ ਤੁਸੀਂ ਕੱਪੜੇ ਵੀ ਕਰੋ ਆਪਾਂ ਸਾਰੇ ਪੈਸੇ ਲੈ ਲੈਣੇ ਹਾਂਜੀ ਹਾਂਜੀ ਜ਼ਰੂਰ ਠੀਕ ਹੈ ਜੇ ਬ੍ਰਾਈਡਲ ਦੀ ਗੱਲ ਕਰੀਏ ਇੱਥੇ ਬ੍ਰਾਈਡਲ ਕਿੰਨੇ ਰੁਪਏ ਵਿੱਚ ਹੋ ਜਾਂਦਾ ਮੇਰੇ ਕੋਲ ਬ੍ਰਾਈਡਲ 5,000 ਵਿੱਚ ਹੈ ਜੋ ਕਿ ਕਿਸੇ ਵੀ ਸਲੋਨ ਵਿੱਚ ਅਵੇਲੇਬਲ ਨਹੀਂ ਔਰ ਮੈਂ ਪ੍ਰੋਪਰ ਬ੍ਰਾਂਡਸ ਦੇ ਵਿੱਚ ਹੀ ਬ੍ਰਾਈਡਲ ਨੂੰ ਮੇਕਅਪ ਦੇਵਾਂਗੀ ਮਾਰਕੀਟ ਵਿੱਚ ਕੀ ਪ੍ਰਾਈਸ ਚੱਲ ਰਿਹਾ ਮਾਰਕੀਟ ਵਿੱਚ 10,000 ਤੋਂ ਸਟਾਰਟਿੰਗ ਹੈ ਅਸੀਂ 5,000 ਵਿੱਚ ਬ੍ਰਾਈਡਲ ਮੇਕਅਪ ਵੀ ਦਵਾਂਗੇ ਪਰ ਕੁਆਲਿਟੀ ਦੇ ਵਿੱਚ ਕੰਪਰੋਮਾਈਜ਼ ਤਾਂ ਨਹੀਂ ਬੈਸਟ ਮਿਲੇਗੀ ਬਿਲਕੁਲ ਕੁਆਲਿਟੀ ਪ੍ਰੋਪਰ ਕੁਆਲਿਟੀ ਪ੍ਰੋਪਰ ਬ੍ਰਾਂਡਸ ਵਿੱਚ ਕਰਾਂਗੇ ਜੇ ਆਪਾਂ ਗੱਲ ਕਰੀਏ ਕਿ ਬ੍ਰਾਈਡਲ ਨਹੀਂ ਕੋਈ ਜੈਨੂਇਨ ਕੋਈ ਵੈਸੇ ਨਾਰਮਲ ਕੋਈ ਸ਼ਾਦੀ ਆ ਕਿਸੇ ਗੈਸਟ ਦੇ ਕਿਸੇ ਰਿਲੇਟਿਵ ਦੇ ਜਾਣਾ ਆ ਤਾਂ ਫਿਰ ਉਹਦੇ ਜੈਨੂਇਨ ਮੇਕਅਪ ਮੇਰੇ ਕੋਲ 1,000 ਤੋਂ ਸਟਾਰਟਿੰਗ ਹੈ ਦੈਨ ਬਾਕੀ ਅਕੋਰਡਿੰਗ ਟੂ ਕਸਟਮਰ ਕਸਟਮਰ ਦੀ ਕੀ ਡਿਮਾਂਡ ਹੈ ਉਹਦੇ ਹਿਸਾਬ ਨਾਲ ਕਰ ਦਿੰਦੇ ਅੱਛਾ ਮੈਮ ਜੇ ਕੋਈ PB32 ਦਾ ਨਾਮ ਲੈ ਕੇ ਵੀਡੀਓ ਦੇਖਣ ਤੋਂ ਬਾਅਦ ਆਉਂਦਾ ਤੁਸੀਂ ਕੋਰਸਿਸ ਵਿੱਚ ਤਾਂ ਕਿਹਾ ਕਿ ਡੈਫੀਨੇਟਲੀ ਕੋਈ ਨਾ ਕੋਈ ਡਿਸਕਾਊਂਟ ਦੋਗੇ ਕੋਈ ਨਾ ਕੋਈ ਆਫਰ ਦੋਗੇ ਜੇ ਕੋਈ ਬ੍ਰਾਈਡਲ ਵਾਲੀ ਗੱਲ ਸੁਣ ਕੇ ਆਉਂਦਾ ਹੈ ਤਾਂ ਫਿਰ ਉਹਨਾਂ ਨੂੰ ਵੀ ਕੋਈ ਡਿਸਕਾਊਂਟ ਮਿਲੇਗਾ PB32 ਕਰਕੇ ਜ਼ਰੂਰ ਦਊਂਗੇ
मैं अगे कोर्स करना प्रेफर करूंगी। अच्छा, तुहाडा एक्सपीरियंस किहो जिहा रहा पूरे एक महीने का? जी बहुत वधिया रहा, मैं इत्थों बहुत सैटिस्फाइड है इत्थे काम सीख के, क्योंकि इत्थे दे टीचर बहुत अच्छा मैनू ट्रीट करदे आ, बहुत अच्छा समझांदे आ, ते बहुत हंबल ने, बहुत अच्छा पोलाइट ने, बहुत ज्यादा। कोई प्रॉब्लम आंदी है तुसी मान लो कोई चीज समझ नहीं पाउंदे, जे बार बार पुछदे हो मैम गुस्से तां नहीं हुंदे? नहीं, ओह तां सगो दसदे आ बार बार, फिर अगर आपां सिखांगे तां ही सानूं पता। ठीक है, और फीस तुहाडे कोल नहीं चार्ज कीती जिन्ने पहले दसी, बाद च कुछ बधाए तां नहीं पैसे? नहीं, बिल्कुल नहीं। ते हुण तुहाडे फ्यूचर प्लान्स की है? मेरा फ्यूचर प्लान फॉरेन दा ही आ, मैं इसलिए इत्थे प्रेफर कीता, इक तां इत्थे दे प्राइसेस बहुत जेन्युइन आ, ते मैं इत्थे दा जिहड़ा सर्टिफिकेट आ इंटरनेशनली वैलिड आ, ते मैं अगे जाके कुछ समीक्षा जी नाल ने, पहला इत्थे स्टूडेंट सी, हुण बच्चे नूं ट्रेनिंग दिंदे आ। समीक्षा, तुहाडा एक्सपीरियंस किहो जिहा रहा? ਮੇਰਾ ਐਕਸਪੀਰੀਅੰਸ ਬਹੁਤ ਵਧੀਆ ਆ, ਮੈਂ ਪਹਿਲਾਂ ਇੱਥੋਂ ਸਿੱਖਿਆ ਤੇ ਹੁਣ ਇੱਥੇ ਮੈਂ ਸਿਖਾ ਰਹੀ ਹਾਂ ਬੱਚਿਆਂ ਨੂੰ ਅੱਗੋਂ ਦੀ, ਔਰ ਮੈਮ ਵੀ ਬਹੁਤ ਮਤਲਬ ਪੋਲਾਈਟ ਨੇ ਸਾਡੇ ਨਾਲ, ਮਤਲਬ ਬਹੁਤ ਬੱਚੇ ਵੀ ਇਹਨਾਂ ਤੋਂ ਮਤਲਬ ਜਿਹੜੀ ਚੀਜ਼ ਨਹੀਂ ਵੀ ਸਮਝ ਲੱਗਦੀ ਅੱਗੋਂ ਮੈਂ ਵੀ ਫਿਰ ਵੀ ਪੁੱਛਦੀ ਹਾਂ, ਤੇ ਬੱਚਿਆਂ ਨੂੰ ਵੀ ਅੱਗੇ ਦੱਸੀਦਾ, ਹਰ ਚੀਜ਼ ਵਧੀਆ ਤਰੀਕੇ ਨਾਲ ਸਮਝਾਉਂਦੇ ਆ। ਕੋਈ ਨੇਚਰ 'ਚ ਫਰਕ ਤਾਂ ਨਹੀਂ ਆ? ਪਹਿਲਾਂ ਤੁਸੀਂ ਸਟੂਡੈਂਟ ਸੀ, ਪੈਸੇ ਦਿੰਦੇ ਸੀ, ਹੁਣ ਤੁਸੀਂ ਇੰਪਲੋਈ ਹੋ, ਪੈਸੇ ਲੈਂਦੇ ਹੋ, ਕੋਈ ਨੇਚਰ 'ਚ ਫਰਕ ਤਾਂ ਨਹੀਂ ਆ? ਨਹੀਂ ਨਹੀਂ, ਬੱਚਿਆਂ ਨੂੰ ਅਸੀਂ ਆਪਣੇ ਵਾਂਗ ਹੀ, ਜਿੱਦਾਂ ਮੈਂ ਇੱਥੇ ਕਰਦੀ ਸੀ ਦੈਨ ਉਦਾਂ ਹੀ ਅਸੀਂ ਸਿਖਾਈਦਾ, ਇੱਦਾਂ ਦਾ ਕੁਛ ਨਹੀਂ ਹੈ ਕਿ ਬੱਚਿਆਂ ਨੂੰ ਅਸੀਂ ਰੂਡਲੀ ਬਿਹੇਵੀਅਰ ਕਰੀਦਾ, ਇੱਦਾਂ ਦਾ ਕੁਛ ਨਹੀਂ। ਸਿਲੇਬਸ ਤੋਂ ਸੈਟੀਸਫਾਈਡ ਹੋ? ਕਿਉਂਕਿ ਤੁਸੀਂ ਅਗਰ ਇੱਥੇ ਆਏ ਹੋ, ਜੈਨੂਇਨ ਜੀ ਗੱਲ, ਨੈਚੁਰਲ ਜੀ ਗੱਲ, ਕਿਤੇ ਹੋਰ ਵੀ ਅਗਰ ਕਿਤੇ ਟਰਾਈ ਕੀਤਾ ਹੋਊਗਾ, ਸਿਲੇਬਸ ਕੋਈ ਵੱਖਰਾ ਤਾਂ ਨਹੀਂ ਬਾਕੀ ਨਾਲੋਂ? ਨਹੀਂ ਨਹੀਂ, ਬਿਲਕੁਲ ਮਤਲਬ ਸਹੀ ਹੈ, ਸਾਰਿਆਂ ਵਾਂਗ ਹੀ ਹੈ, ਮਤਲਬ ਜ਼ਿਆਦਾ ਇਹ ਚੀਜ਼ ਹੈ ਕਿ ਅਸੀਂ ਹਮੇਸ਼ਾ ਪ੍ਰੈਕਟੀਕਲੀ ਦੇ, ਪ੍ਰੈਕਟੀਕਲੀ ਜ਼ਿਆਦਾ ਕਰ, ਪ੍ਰੈਕਟੀਕਲੀ ਨਹੀਂ ਦੇ, ਨੌਲੇਜ ਹੋਗਾ ਮਤਲਬ ਉਹ ਨੌਲੇਜ ਹੀ ਦੇਈ ਦੀ ਆ। ਸਰਟੀਫਿਕੇਟ ਦੀ ਜਿਹੜੀ ਗੱਲ ਕਰਦੇ ਆ, ਸਰਟੀਫਿਕੇਟ ਦੀ ਉਹਦੀ ਮਾਨਤਾ ਹੈਗੀ ਇੰਟਰਨੈਸ਼ਨਲੀ? ਹਾਂਜੀ ਬਿਲਕੁਲ ਮਾਨਤਾ ਹੈਗੀ, ਆਪਾਂ ਬਾਹਰ ਜਦੋਂ ਜਾਂਦੇ ਤੇ ਉੱਥੇ ਵੀ ਵੈਲਿਡ ਹੈ ਪੂਰਾ, ਆਪਾਂ ਬਾਹਰ ਜਾ ਕੇ ਵੀ ਅੱਗੇ ਕੋਰਸ ਅਪਡੇਟ ਕਰ ਸਕਦੇ ਆ, ਅੱਗੇ ਬੱਚੇ ਮਤਲਬ ਕਰ ਸਕਦੇ, ਉਧਰ ਕੰਮ ਲਈ ਬਹੁਤ ਵਧੀਆ ਹੈ। ਮੈਮ ਇੱਕ ਲਾਸਟ ਬਹੁਤ ਇੰਪੋਰਟੈਂਟ ਤੇ ਕਰੂਸ਼ੀਅਲ ਸਵਾਲ ਤੁਹਾਡੇ ਤੋਂ ਪੁੱਛੂਗਾ, ਜਿਹੜੇ ਇੱਥੇ ਪ੍ਰੋਡਕਟਸ ਯੂਜ਼ ਕੀਤੇ ਜਾਂਦੇ ਆ, ਉਹ ਅੱਜ ਕੱਲ੍ਹ ਦੇ ਸਟੈਂਡਰਡ ਨੂੰ ਮੈਚ ਕਰਦੇ? ਕੋਈ ਕਮੀ ਪੇਸ਼ੀ ਤਾਂ ਨਹੀਂ ਕਿ ਬਿਹਤਰ ਹੈ? ਬਿਹਤਰ ਹੈ, ਮਤਲਬ ਕਿ ਇਹ ਚੀਜ਼ ਹੈ ਕਿ ਬਹੁਤ ਵਧੀਆ, ਅਸੀਂ ਬ੍ਰਾਂਡਲੀ ਪ੍ਰੋਡਕਟ ਯੂਜ਼ ਕਰਦੇ ਹਾਂ, ਮੈਂ ਖੁਦ ਵੀ ਇੱਥੇ ਕੀਤਾ ਹੋਇਆ ਤੇ ਮੈਨੂੰ ਹਰ ਬ੍ਰਾਂਡ ਵਿੱਚ ਮੈਂ ਪ੍ਰੋਡਕਟ ਯੂਜ਼ ਕੀਤੇ ਔਰ ਕਰਕੇ ਵੀ ਦੇਖਿਆ, ਕਲਾਇੰਟਸ ਨੂੰ ਵੀ ਅੱਗੇ ਮੈਂ, ਹੁਣ ਵੀ ਹੈ ਕਿ ਕਲਾਇੰਟਸ ਦੇ ਉੱਤੇ ਵੀ ਮੈਂ ਕਰਕੇ ਦੇਖਦੀ ਰਹੀ ਹਾਂ, ਬਹੁਤ ਅੱਛੇ ਰਿਜ਼ਲਟ ਆਉਂਦੇ ਆ ਇਹਦੇ ਨਾਲ। ਹੁਣ ਇਹ ਵੀ ਸਟੂਡੈਂਟ ਇੱਥੇ ਹੇਅਰ ਦੀ ਟ੍ਰੇਨਿੰਗ ਕਰ ਰਹੇ ਆ ਤੇ ਨਾਲ ਇਹ ਕਰਵਾ ਰਹੇ ਆ ਟ੍ਰੇਨਿੰਗ, ਤੇ ਫਿਰ ਮਿਊਚੁਅਲੀ ਅੰਡਰਸਟੈਂਡਿੰਗ ਨਾਲ ਚੱਲਦਾ ਰਹਿੰਦਾ ਕੰਮ? ਹਾਂਜੀ ਹਾਂਜੀ ਬਿਲਕੁਲ, ਇਸੇ ਕਰਕੇ ਆ ਕਿ ਕਦੀ ਬੱਚੇ ਉਹਨਾਂ ਦੇ ਕਰਕੇ ਦੇਖਦੇ ਪ੍ਰੈਕਟਿਸ, ਕਦੀ ਖੁਦ ਉਹ ਆਪਣੇ ਤੇ ਕਰਕੇ ਦੇਖਦੇ, ਇਹ ਚੀਜ਼ ਨਾਲ ਅਸੀਂ ਪ੍ਰੈਕਟਿਸ ਬਿਲਕੁਲ ਵਧੀਆ ਤਰੀਕੇ ਨਾਲ ਕਰਾਉਂਦੇ ਹਾਂ ਇਹਨਾਂ ਨੂੰ। ਤਾਂ ਤੁਸੀਂ ਦੇਖ ਲਿਆ ਜੀ ਕਿ ਬਹੁਤ ਹੀ ਨੋਮੀਨਲ, ਬਹੁਤ ਹੀ ਪੋਕਿਟ ਫਰੈਂਡਲੀ, ਬਹੁਤ ਅਫੋਰਡੇਬਲ ਪ੍ਰਾਈਸ 'ਤੇ ਇੱਥੇ ਕੋਰਸ ਚੱਲ ਰਿਹਾ, ਨਵਾਂ ਸ਼ਹਿਰ ਪੰਡੋਰਾ ਮਹੱਲਾ ਵਿਖੇ ਮੈਮ ਆਪਣੀ ਅਕੈਡਮੀ ਚਲਾ ਰਹੇ ਆ। ਤੁਸੀਂ ਅਗਰ ਕੋਰਸ ਕਰਨਾ ਚਾਹੁੰਦੇ ਹੋ, ਘਰ ਵਿਹਲੇ ਬੈਠੇ ਹੋ, ਕਿਹਾ ਜਾਂਦਾ ਵਿਹਲਾ ਮਨ ਸ਼ੈਤਾਨ ਦਾ ਘਰ, ਤੁਸੀਂ ਸ਼ੈਤਾਨ ਨੂੰ ਭਜਾਉਣਾ ਚਾਹੁੰਦੇ ਹੋ, ਤੁਸੀਂ ਚਾਹੁੰਦੇ ਕਿ ਕੁਝ ਨਾ ਕੁਝ ਅਰਨਿੰਗ ਦਾ ਸਾਧਨ ਤੁਹਾਡਾ ਵੀ ਬਣੇ, ਤੁਹਾਡੇ ਹੱਥ ਵਿੱਚ ਗੁਣ ਆਵੇ, ਤਾਂ ਤੁਸੀਂ ਇੱਕ ਵਾਰੀ ਆ ਕੇ ਸੀਰਤ ਮੈਮ ਨੂੰ ਮਿਲ ਲੈਣਾ। ਮੈਡਮ ਇੱਕ ਵਾਰੀ ਐਡਰੈਸ ਕਨਫਰਮ ਕਰਵਾ ਦਿਓ। ਪੰਡੋਰਾ ਮਹੱਲਾ, ਰੇਲਵੇ ਰੋਡ, ਸੀਰਤ ਇੰਗਰਾ ਮੇਕਓਵਰ ਸਟੂਡੀਓ ਐਂਡ ਅਕੈਡਮੀ। ਤੇ ਫਿਰ ਜਿਵੇਂ ਪਹਿਲਾਂ ਗੱਲ ਕੀਤਾ, ਕੋਈ ਸੋਸ਼ਲੀ ਸਾਨੂੰ ਲੱਗਿਆ, ਕੋਈ ਵੈਰੀਫਾਈ ਕਰਕੇ ਤੁਹਾਨੂੰ ਲੱਗਿਆ ਕਿ ਬੱਚੀ ਦੀ ਥੋੜੀ ਹੈਲਪ ਹੋ ਸਕਦੀ ਆ, ਤਾਂ ਹੋ ਸਕਦੀ ਆ? ਜ਼ਰੂਰ ਸਰ। ਤੇ ਪੀਵੀ ਬੱਤੀ ਦਾ ਨਾਮ ਲੈਣ ਕੇ ਕੁਝ ਨਾ ਕੁਝ ਜ਼ਰੂਰ ਉਹਨਾਂ ਨੂੰ ਮੁਨਾਫਾ ਹੋ ਸਕਦਾ? ਠੀਕ ਹੈ ਸਰ, ਹਾਂਜੀ ਜ਼ਰੂਰ ਮਿਲੇਗਾ ਸਰ। ਠੀਕ ਹੈ, ਬਹੁਤ ਚੰਗਾ ਲੱਗਿਆ ਮੈਮ ਤੁਹਾਡੇ ਨਾਲ ਮਿਲ ਕੇ, ਔਰ ਸਟੂਡੈਂਟਸ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ, ਜਿਵੇਂ ਹੇਜ਼ਲ ਨੇ ਕਿਹਾ ਕਿ ਬਾਕੀ ਨੂੰ ਰੈਕਮੈਂਡ ਕਰਦੇ ਆ, ਸਮੀਕਸ਼ਾ ਜੀ ਨੇ ਕਿਹਾ ਕਿ ਪਹਿਲਾਂ ਇੱਥੇ ਐਜ਼ ਅ ਸਟੂਡੈਂਟ ਉਹਨਾਂ ਨੇ ਤੁਹਾਡੇ ਤੋਂ ਕੋਰਸ ਸਿੱਖਿਆ, ਹੁਣ ਸਿਖਾ ਰਹੇ ਆ, ਬੜਾ ਚੰਗਾ ਲੱਗਿਆ ਨਾ ਸਰ ਨੂੰ ਮਿਲ ਕੇ। ਠੀਕ, ਤੁਸੀਂ ਬਣੇ ਰਹਿਣਾ ਵੀ ਬੱਤੀ ਨਵਾਂ ਸ਼ਹਿਰ ਨਾਲ, ਆਪਣੇ ਛੋਟੇ ਵੀ ਦਿਨੇ ਸੂਰੀ ਕੈਮਰਾ ਪਰਸਨ ਵਿੱਚ ਕੌਣ ਜਲਦ ਤੋਂ ਭੁੱਲ ਜਿੱਥੇ ਤੁਹਾਨੂੰ ਸਮਾਂਗੇ। ਸਤਿ ਸ਼੍ਰੀ ਅਕਾਲ, ਰੱਬ ਰੱਖਾ।